ਨਹੀਂ ਦਿਓੜੀ ਸੀ ਉਸ ਨੂੰ ਪਿੱਛੇ ਜਿਹੇ ਢਾਇਆ ਗਿਆ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਵੀ ਨਹੀਂ ਢਾਈ ਜਾਣੀ ਤਾਂ ਉਹ ਜਾਣ ਬੁੱਝ ਕੇ ਰੋਕਿਆ ਗਿਆ ਵਿੱਚੋਂ ਪੈਸੇ ਦੇ ਲੈ ਦੇ ਦਾ ਮਾਮਲਾ ਸੀਗਾ 2 ਕਰੋੜ ਰੁਪਈਆ ਕਿਸੇ ਨੇ ਮੰਗਿਆ ਸੀ ਕਾਰ ਸੇਵਾ ਵਾਲਿਆਂ ਤੋਂ ਇਲੈਕਸ਼ਨ ਫੰਡ ਲਈ ਤੇ ਤਰਨ ਤਾਰਨ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਦਰਸ਼ਨੀ ਦਿਓੜੀ ਸੀ ਉਸ ਨੂੰ ਪਿੱਛੇ ਜਿਹੇ ਢਾਇਆ ਗਿਆ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਅਤੇ ਉਸ ਤੋਂ ਬਾਅਦ ਸੰਗਤਾਂ ਦੇ ਵਿੱਚ ਰੋਸ ਆਇਆ ਕਾਫੀ ਸਾਰੀਆਂ ਜਥੇਬੰਦੀਆਂ ਦੇ ਵਿੱਚ ਰੋਸ ਆਇਆ ਅਤੇ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਇਸ ਨੂੰ ਲੈ ਕੇ ਲੋਕਾਂ ਦੇ ਜਿਹੜੇ ਹਿਰਦੇ ਵੀ ਦੁਖੇ ਕਿਉਂਕਿ ਇੱਕ ਇਤਿਹਾਸਕ ਜਿਹੜੀ ਇਮਾਰਤ ਜਾਂ ਇਤਿਹਾਸਕ ਦਿਓੜੀ ਸੀ ਕੰਵਰ ਨੌਨਹਾਲ ਸਿੰਘ ਵੱਲੋਂ ਜਿਹੜੀ ਹੈ ਉਹ ਬਣਵਾਈ ਗਈ ਸੀ ਤਕਰੀਬਨ 250 ਸਾਲ ਜਿਹੜੀ ਪੁਰਾਣੀ ਹੈ ਉਹ ਸੀ ਅਤੇ ਕੀ ਕਹੋਗੇ ਅਵਤਾਰ ਸਿੰਘ ਜੀ ਇਸ ਦੇ ਬਾਰੇ ਹੋਰ ਕੀ ਇਹੋ ਜਿਹੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਹਾਂਜੀ ਇੱਕ ਤਾਂ ਚਲੋ ਆਪਾਂ ਨੇ ਪਿਛਲੇ ਪ੍ਰੋਗਰਾਮ 'ਚ ਵੀ ਕਰਿਆ ਵੀ ਦੁਖਦਾਈ ਹੈਗਾ ਜੀ ਜੀ ਵੀ ਸਾਡੀ ਵਿਰਾਸਤ ਨੂੰ ਜਿਹੜਾ ਢਾਉਣ ਦਾ ਹੈਗਾ ਉਹ ਤੋਂ ਬਾਅਦ ਜਿਹੜੀ ਕਾਰ ਸੇਵਾ ਵਾਲੇ ਬਾਬਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਤੁਰੀ ਆ ਸੋਸ਼ਲ ਮੀਡੀਆ 'ਤੇ ਆ ਉੱਦਾਂ ਮਤਲਬ ਉਹਨਾਂ ਨੂੰ ਜਿੱਦਾਂ ਗਲਤ ਸ਼ਬਦਾਵਲੀਆਂ ਵੀ ਵਰਤੀਆਂ ਗਈਆਂ ਹਾਂ ਹਾਂ ਵੀ ਉਹ ਅਸਲ 'ਚ ਇਹਦਾ ਇਹ ਵੀ ਸੀਗਾ ਵੀ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਦੋਂ ਸਿੱਖਾਂ ਕੋਲ ਕਲੀਅਰ ਪਿਕਚਰ ਨੇ ਉਹਨਾਂ ਨੇ ਫਿਰ ਉਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਟਾਰਗੇਟ ਕਰਿਆ ਉਹਨਾਂ ਦਾ ਚਮਕੌਰ ਸਾਹਿਬ ਦੀ ਗੜੀ ਦੀ ਜਿਹੜਾ ਖਤਮ ਹੋਣਾ ਉਹ ਵੀ ਸਿੱਖਾਂ ਦੇ ਦਿਲਾਂ 'ਚ ਹਲੇ ਇੱਕ ਦਰਦ ਵਾਂਗੂ ਤੇ ਪੀੜ ਵਾਂਗੂ ਪਿਆ ਹੋਇਆ ਹਨਾ ਤੇ ਉਹਨਾਂ ਨੂੰ ਲੱਗਦਾ ਵੀ ਵਿਰਾਸਤ ਆ ਸਾਡੀ ਜਿਹੜੀ ਖਤਮ ਹੋ ਰਹੀ ਆ ਪਰ ਹੁਣ ਕੁਛ ਖਬਰਾਂ ਇਹ ਆ ਰਹੀਆਂ ਨੇ ਅਸੀਂ ਇਹਨਾਂ ਦੀ ਪੁਸ਼ਟੀ ਨਹੀਂ ਕਰਦੇ ਬਿਹਾਈਂਡ ਦੀ ਸੀਨ ਖਬਰਾਂ ਆ ਰਹੀਆਂ ਨੇ ਉਹ ਕਹਿੰਦੇ ਵੀ ਜਦੋਂ ਕਮੇਟੀ ਦਾ ਪਾਸ ਹੋ ਗਿਆ ਨਾ ਉਹ ਵੀ ਨਹੀਂ ਢਾਈ ਜਾਣੀ ਤਾਂ ਉਹ ਜਾਣ ਬੁੱਝ ਕੇ ਰੋਕਿਆ ਗਿਆ ਮਤਲਬ ਉਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਨਹੀਂ ਪਹੁੰਚਾਇਆ ਨਹੀਂ ਦੱਸਿਆ ਗਿਆ ਹਾਂ ਇਹਦਾ ਕੀ ਕਾਰਨ ਕੀ ਹੋ ਸਕਦਾ ਭਾਈ ਰਣਜੀਤ ਸਿੰਘ ਕੱਲ ਬੋਲੇ ਨੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀ ਨਾ ਹਾਂਜੀ ਹਾਂਜੀ ਉਹ ਹੁਣ ਮੀਟਿੰਗਾਂ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਬਾਰੇ ਜਿਹੜੀ ਉਹ ਉੱਥੇ ਬੋਲੇ ਨੇ ਉਹਨਾਂ ਦਾ ਕਹਿਣਾ ਵੀ ਵਿੱਚੋਂ ਪੈਸੇ ਦੇ ਲੈ ਦੇ ਦਾ ਮਾਮਲਾ ਸੀਗਾ 2 ਕਰੋੜ ਰੁਪਈਆ ਕਿਸੇ ਨੇ ਮੰਗਿਆ ਸੀ ਬਾਬਿਆਂ ਤੋਂ ਜੀ ਕਾਰ ਸੇਵਾ ਵਾਲਿਆਂ ਤੋਂ ਇਲੈਕਸ਼ਨ ਫੰਡ ਲਈ ਉਹ ਜਿੱਤਾਂ ਕਹਿੰਦੇ ਵੀ ਨਹੀਂ ਦਿੱਤਾ ਗਿਆ ਤੇ ਫਿਰ ਇਹ ਸਾਰਾ ਚੱਕਰ ਆ ਜਿਹੜਾ ਚੱਲਿਆ ਉਹਨਾਂ ਤੋਂ ਮਤਲਬ ਜਿਹੜਾ ਸਾਰਾ ਭਾਂਡਾ ਹੈ ਉਹ ਫਿਰ ਕਾਰ ਸੇਵਾ ਵਾਲਿਆਂ ਦੇ ਤੇ ਭੰਡਾ ਗਿਆ ਹਾਂ ਹੁਣ ਇਹਦੇ ਚੋਂ ਕਿੰਨਾ ਸੱਚ ਆ ਕਿੰਨਾ ਝੂਠ ਹੈ ਇਹਦੇ ਬਾਰੇ ਸਾਨੂੰ ਸਾਨੂੰ ਨਹੀਂ ਪਤਾ ਅਸੀਂ ਕਿਸੇ ਦਾ ਨਾਂ ਨਹੀਂ ਲਵਾਂਗੇ ਜੀ ਵੀ ਨਾਂ ਇੱਥੇ ਨਾਂ ਲੈਂਦੇ ਚੰਗੇ ਲੱਗਦੇ ਆ ਯਾਨੀ ਇਸ ਕਿਸਮ ਦੀਆਂ ਖਬਰਾਂ ਵੀ ਆ ਰਹੀਆਂ ਨੇ ਸੋ ਇਸ ਕਿਸਮ ਦੇ ਜਿਹੜੇ ਘਪਲੇ ਆ ਸ਼੍ਰੋਮਣੀ ਕਮੇਟੀ 'ਚ ਚੱਲਦੇ ਆ ਲਗਾਤਾਰ ਚੱਲਦੇ ਆ ਹੁਣ ਉਹਦੇ ਚੋਂ ਦੋਸ਼ੀ ਕੌਣ ਆਇਆ ਗੋਬਿੰਦ ਸਿੰਘ ਲੌਂਗੋਵਾਲ ਤੋਂ ਗਾਂਹ ਕਿਸੇ ਨੇ ਹੋਰ ਹੁਕਮ ਦਿੱਤਾ ਤਾਂ ਲੌਂਗੋਵਾਲ ਉਹਨਾਂ ਨੇ ਰੋਕ ਲਏ ਹੋਏ ਆ ਜਾਂ ਕੋਈ ਹੋਰ ਤੇਰਾ ਲੌਂਗੋਵਾਲ ਉਹਨਾਂ ਨੇ ਕਿਸੇ ਹੋਰ ਕਲਰਕ ਨੂੰ ਦੇ ਦਿੱਤਾ ਉਹ ਕਲਰਕ ਨੂੰ ਰੋਕ ਲਿਆ ਗਿਆ ਅੱਗੇ ਬਾਬਾ ਜੀ ਨੂੰ ਪਾਸ ਆਉਣ ਕਰਨ ਤੋਂ ਸੋ ਇਹ ਸਾਰਾ ਮਤਲਬ ਕਿ ਹੁਣ ਪਤਾ ਨਹੀਂ ਵੀ ਕਿੱਥੋਂ ਉਹ ਹੋਈ ਆ ਹਨਾ ਵੀ ਅਸਲ ਦੋਸ਼ੀ ਕੌਣ ਆ ਇਹਦੇ ਬਾਰੇ ਐਗਜ਼ੈਕਟ ਨਹੀਂ ਕਿਹਾ ਜਾ ਸਕਦਾ ਹੋ ਸਕਦਾ ਗੋਬਿੰਦ ਸਿੰਘ ਲੌਂਗੋਵਾਲ ਨੇ ਫਾਰਮ ਸਾਈਨ ਕਰਕੇ ਅੱਗੇ ਭੇਜਤਾ ਹੋਵੇ ਕਿਸੇ ਮੈਨੇਜਰ ਨੂੰ ਹੁਣ ਮੈਨੇਜਰ ਨੇ ਨਹੀਂ ਭੇਜੇ ਜਾਂ ਮੈਨੇਜਰ ਨੇ ਅੱਗੇ ਕਿਸੇ ਮੁਲਾਜ਼ਮ ਨੂੰ ਦੇਤੇ ਉਹ ਮੁਲਾਜ਼ਮ ਦੀ ਨੂੰ ਕਿਸੇ ਨੇ ਇਨਫਲੂਐਂਸ ਕਰ ਲਿਆ ਸੋ ਇਹ ਕੜੀ 'ਚੋਂ ਹੁਣ ਐਗਜ਼ੈਕਟ ਕਿੱਥੇ ਰੁਕੀ ਆ ਗੱਲ ਆ ਕੇ ਮਤਲਬ ਜਿਹੜੀਆਂ ਗੱਲਾਂ ਕਾਫੀ ਸਾਰੀਆਂ ਲੁਕੀਆਂ ਹੋਈਆਂ ਨੇ ਕੱਲਾ ਜਿੱਦਾਂ ਜਿਹੜਾ ਆਪਾਂ ਉਹਨਾਂ ਤੇ ਹੀ ਭਾਂਡਾ ਫੋੜ ਜਾਂਦੇ ਆ ਉਹ ਇੰਨੀ ਜ਼ਿਆਦੀ ਸੂਝਵਾਨ ਨਹੀਂ ਹੈਗਾ ਮਤਲਬ ਕਾਰ ਸੇਵਾ ਨੇ ਵੈਸੇ ਤਾਂ ਚਲੋ ਗੁਰਧਾਮਾਂ ਦੀ ਉਸਾਰੀ ਤਾਂ ਕੀਤੀ ਹੋਈ ਆ ਬਹੁਤ ਥਾਵਾਂ ਤੇ ਜਾ ਕੇ ਵੀ ਆਪਾਂ ਇਸ ਲੈਵਲ ਤੇ ਵੀ ਨਫ਼ਰਤ ਨਾ ਕਰੀਏ ਉਹਨਾਂ ਨਾਲ ਹਾਂ ਗਲਤੀਆਂ ਉਹਨਾਂ ਤੋਂ ਹੋਈਆਂ ਨੇ ਗਲਤੀਆਂ ਉਹਨਾਂ ਤੋਂ ਹੋਈਆਂ ਔਰ ਗਲਤੀਆਂ ਉਹਨਾਂ ਤੋਂ ਵੀ ਹੋਈਆਂ ਜਿਨ੍ਹਾਂ ਨੇ ਐਕਸਪਲੇਨ ਨਹੀਂ ਕੀਤਾ ਉਹਨਾਂ ਨੂੰ ਜਾਂ ਸ਼੍ਰੋਮਣੀ ਕਮੇਟੀ ਦੀ ਵੀ ਪੂਰੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਚਾਹੀਦਾ ਸੀ ਵੀ ਟਾਈਮ ਸਿਰ ਇੱਕ ਵਿਦਵਾਨਾਂ ਦਾ ਉੱਥੇ ਧੜਾ ਬਣਦਾ ਉਹ ਉਹਨਾਂ ਨੂੰ ਦੱਸਦਾ ਕਿ ਇਹਨੂੰ ਤੁਸੀਂ ਪੁਰਾਣੇ ਤਰੀਕੇ ਦੇ ਨਾਲ ਹੀ ਜਿਹੜਾ ਰਿਵਾਈਵ ਰੀਸਟੋਰ ਕਰ ਸਕਦੇ ਆ ਰੀਸਟੋਰ ਕਰੋ ਵੀ ਜਿੱਦਾਂ ਹੁਣ ਆਪਾਂ ਇੱਥੇ ਦੇਖਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਇੱਥੇ ਵੀ ਜਿਹੜੀਆਂ ਬਿਲਡਿੰਗਸ ਨੇ ਉਸੇ ਤਰੀਕੇ ਦੇ ਨਾਲ ਈਵਨ ਕਿ ਜੇ ਕੋਈ ਇੱਟ ਹੈ ਛੋਟੀ ਇੱਟ ਵੀ ਕਿਸੇ ਚਰਚ ਦੀ ਟੁੱਟੀ ਹੁੰਦੀ ਹੈ ਤੇ ਉਹ ਸਪੈਸ਼ਲੀ ਕਹਿੰਦੇ ਆ ਕਿ ਤੁਸੀਂ ਉਹ ਪੁਰਾਣੀ ਦੇਖਭਾਲੀ ਜਿਹੜੀ ਇੱਟ ਹੈ ਉਹੀ ਇੱਟ ਉੱਤੇ ਲਗਾਓ ਉੱਤੇ ਲਗਾਓ ਇਦਾਂ ਹੈਗਾ ਬਿਲਕੁਲ ਜੀ ਤੇ ਇੱਕ